पंजाब दे अमृतसर स्थित गोल्डन टैंपल प्लाजा विच मिली 2.5 साल दी दीपजोत कौर दा कतल उसदी मां मनिंदर कौर ने कीता सी। दीपजोत कौर दी लाश गुरुवार देर शाम गोल्डन टैंपल प्लाजा विच मिली सी। हरियाणा विच यमुनानगर दी रहण वाली मनिंदर कौर बुधवार नूं ही अपने बेटा बेटी नूं लैके अमृतसर आई सी। वीरवार दोपहर नूं उसने बेटी दीपजोत कौर नूं जहर दिता ते उस तों बाद उसदी लाश छड़ के फरार हो गई। अमृतसर तो मनिंदर कौर राजपुरा पहुंची अते उत्थे पुलिस दे कोल पहुंच के बेटी दी गुमशुदगी दी रिपोर्ट दर्ज करान दी कोशिश कीती। राजपुरा पुलिस ने शक दे आधार ते मनिंदर कौर नूं फड़ लिया। इस बीच शनिवार नूं अमृतसर विच 2.5 साल दी दीपजोत कौर दा पोस्टमार्टम करन तों बाद उसदी लाश पिता कुलविंदर सिंह नूं सौंप दित्ती गई। कुलविंदर सिंह ने दोनों बच्चियां दे लापता होण ते 10 अगस्त नूं यमुनानगर थाने दे विच शिकायत दित्ती सी। इसदी FIR दर्ज ਕੀਤੀ ਗਈ ਹੈ। ਹੁਣ ਇਸ ਮਾਮਲੇ ਦੀ ਜਾਂਚ ਯਮੁਨਾਨਗਰ ਪੁਲਿਸ ਕਰੇਗੀ। ਪੁਲਿਸ ਦੀ ਸ਼ੁਰੂਆਤੀ ਜਾਂਚ ਦੇ ਅਨੁਸਾਰ ਮਨਿੰਦਰ ਕੌਰ ਦਾ ਪਤੀ ਕੁਲਵਿੰਦਰ ਸਿੰਘ ਹਰਿਆਣਾ ਵਿੱਚ ਯਮੁਨਾਨਗਰ ਦਾ ਰਹਿਣ ਵਾਲਾ ਹੈ ਅਤੇ ਗੁਰੂਗ੍ਰਾਮ ਵਿੱਚ ਮਰੂਤੀ ਕੰਪਨੀ ਦੇ ਪਲਾਂਟ ਵਿੱਚ ਜੌਬ ਕਰਦਾ ਹੈ। ਕੁਲਵਿੰਦਰ ਸਿੰਘ ਨੂੰ ਮਨਿੰਦਰ ਦੇ ਚਰਿੱਤਰ ਤੇ ਸ਼ੱਕ ਸੀਗਾ, ਜਿਸ ਦੀ ਵਜ੍ਹਾ ਤੋਂ ਦੋਨਾਂ ਦਾ ਆਏ ਦਿਨ ਝਗੜਾ ਹੁੰਦਾ ਰਹਿੰਦਾ ਸੀ। ਬੁੱਧਵਾਰ ਨੂੰ ਮਨਿੰਦਰ ਕੌਰ ਘਰ ਛੱਡ ਕੇ ਆਪਣੇ 8 ਸਾਲ ਦੇ ਬੇਟੇ ਹਰਕੀਰਤ ਸਿੰਘ ਅਤੇ 2.5 ਸਾਲ ਦੀ ਬੇਟੀ ਦੀਪਜੋਤ ਕੌਰ ਨੂੰ ਅੰਮ੍ਰਿਤਸਰ ਲੈ ਕੇ ਆ ਗਈ। ਇਸ ਤੇ ਕੁਲਵਿੰਦਰ ਸਿੰਘ ਨੇ ਉਸੇ ਦਿਨ ਯਮੁਨਾਨਗਰ ਪੁਲਿਸ ਵਿੱਚ ਸ਼ਿਕਾਇਤ ਦੇ ਦਿੱਤੀ। ਵੀਰਵਾਰ ਦੁਪਹਿਰ ਵਿੱਚ ਮਨਿੰਦਰ ਕੌਰ ਨੇ ਆਪਣੀ 2.5 ਸਾਲ ਦੀ ਬੇਟੀ ਨੂੰ ਜ਼ਹਿਰ ਦਿੱਤਾ ਅਤੇ ਉਸ ਤੋਂ ਬਾਅਦ ਆਪਣੀ ਬੇਟੀ ਦੀ ਡੈੱਡ ਬੋਡੀ ਨੂੰ ਟੈਂਪਲ ਪਲਾਜ਼ਾ ਵਿੱਚ ਘੰਟਾਘਰ ਏਰੀਆ ਦੇ ਕੋਲ ਛੱਡ ਕੇ ਚਲੀ ਗਈ। ਮਨਿੰਦਰ ਕੌਰ ਅੰਮ੍ਰਿਤਸਰ ਤੋਂ ਨਿਕਲ ਕੇ ਸਿੱਧਾ ਰਾਜਪੁਰਾ ਦੇ ਸਿਟੀ ਥਾਣੇ ਪਹੁੰਚੀ। ਉੱਥੇ ਉਸਨੇ ਆਪਣੀ ਬੇਟੀ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਿੱਤੀ। SGPC ਨੇ CCTV ਦੇ ਆਧਾਰ ਤੇ ਮਨਿੰਦਰ ਕੌਰ ਦੀ ਤਸਵੀਰ ਦੇਖੀ। ਇਹ ਤਸਵੀਰ ਰਾਜਪੁਰਾ ਪੁਲਿਸ ਦੇ ਕੋਲ ਪਹੁੰਚ ਚੁੱਕੀ ਸੀ, ਇਸ ਕਰਕੇ ਉਸਨੇ ਤੁਰੰਤ ਮਨਿੰਦਰ ਕੌਰ ਨੂੰ ਹਿਰਾਸਤ ਦੇ ਵਿੱਚ ਲੈ ਲਿਆ। ਦੀਪਜੋਤ ਕੌਰ ਦੇ ਪੋਸਟਮਾਰਟਮ ਦੇ ਦੌਰਾਨ ਅੰਮ੍ਰਿਤਸਰ ਪਹੁੰਚੀ ਯਮੁਨਾਨਗਰ ਪੁਲਿਸ ਦਾ ਕਹਿਣਾ ਹੈ ਕਿ 10 ਅਗਸਤ ਨੂੰ ਉਹਨਾਂ ਦੇ ਇੱਥੇ ਬੱਚੀ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕੀਤੀ ਗਈ ਸੀ, ਜਿਸ ਦਾ ਅੰਮ੍ਰਿਤਸਰ ਦੇ ਵਿੱਚ ਕਤਲ ਕੀਤਾ ਗਿਆ। ਇਸ ਕਰਕੇ ਗੁੰਮਸ਼ੁਦਗੀ ਦੀ ਰਿਪੋਰਟ ਵਿੱਚ ਵੀ ਧਾਰਾ 302 ਨੂੰ ਜੋੜ ਕੇ ਕਾਰਵਾਈ ਕੀਤੀ ਗਈ। ਪੋਸਟਮਾਰਟਮ ਤੋਂ ਬਾਅਦ ਰਾਜਪੁਰਾ ਪੁਲਿਸ ਨੇ ਮਨਿੰਦਰ ਕੌਰ ਦਾ ਰਿਮਾਂਡ ਲੈ ਲਿਆ। ਅੰਮ੍ਰਿਤਸਰ ਪੁਲਿਸ ਸਿਰਫ ਪੋਸਟਮਾਰਟਮ ਕਰਵਾਉਣ ਤੱਕ ਸਹਿਯੋਗ ਦੇਗੀ। ਮਨਿੰਦਰ ਕੌਰ ਨੇ ਹਾਲੇ ਤੱਕ ਬੇਟੀ ਦੇ ਕਤਲ ਦਾ ਕਾਰਨ ਨਹੀਂ ਦੱਸਿਆ। ਹਾਲਾਂਕਿ ਪੁਲਿਸ ਨੂੰ ਸ਼ੱਕ ਹੈ ਕਿ ਮਨਿੰਦਰ ਕੌਰ ਨੇ ਬੇਟੀ ਦਾ ਕਤਲ ਆਪਣੇ ਪ੍ਰੇਮੀ ਦੇ ਕਹਿਣ ਤੇ ਕੀਤਾ ਹੈ। ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਿਆ ਕਿ ਕੁਲਵਿੰਦਰ ਸਿੰਘ ਨੂੰ ਪਤਨੀ ਦੇ ਮੋਬਾਈਲ ਫੋਨ ਤੋਂ ਕੁਝ ਨੰਬਰ ਮਿਲੇ ਸੀ, ਜਿਨ੍ਹਾਂ ਤੇ ਮਨਿੰਦਰ ਰੋਜ਼ ਗੱਲ ਕਰਦੀ ਸੀ। ਇਸ ਕਰਕੇ ਸ਼ੱਕ ਦੇ ਆਧਾਰ ਤੇ ਕਿਸੇ ਸ਼ਖਸ ਦੇ ਬਹਿਕਾਵੇ ਵਿੱਚ ਆ ਕੇ ਮਨਿੰਦਰ ਕੌਰ ਘਰ ਤੋਂ ਭੱਜੀ ਅਤੇ ਆਪਣੀ ਬੇਟੀ ਦਾ ਕਤਲ ਕਰ ਦਿੱਤਾ। ਕੁਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਮਨਿੰਦਰ ਕੌਰ ਨੇ ਉਸਦੀ ਦੁਨੀਆ ਹੀ ਉਜਾੜ ਦਿੱਤੀ। 2.5 ਸਾਲ ਦੀ ਦੀਪਜੋਤ ਦਾ ਕਤਲ ਮਨਿੰਦਰ ਨੇ ਕਿਉਂ ਕੀਤਾ, ਇਸ ਬਾਰੇ ਉਹ ਹਾਲੇ ਤੱਕ ਕੁਝ ਨਹੀਂ ਕਹਿਣਾ ਚਾਹੁੰਦਾ। 8 ਸਾਲ ਦਾ ਬੇਟਾ ਹਰਕੀਰਤ ਸਿੰਘ ਵੀ ਮਨਿੰਦਰ ਕੌਰ ਦੇ ਨਾਲ ਹੀ ਸੀ, ਪਰ ਉਹ ਪੂਰੀ ਤਰ੍ਹਾਂ ਠੀਕ ਹੈ। ਪਰਿਵਾਰ ਦੇ ਮੈਂਬਰ ਹਰਕੀਰਤ ਨੂੰ ਯਮੁਨਾਨਗਰ ਲੈ ਗਏ ਨੇ। ਕੁਲਵਿੰਦਰ ਸਿੰਘ ਨੇ ਕਿਹਾ ਕਿ ਉਹ ਆਪਣੀ ਬੇਟੀ ਦੇ ਲਈ ਇਨਸਾਫ ਚਾਹੁੰਦਾ ਹੈ। हमारे पास 10 तारीख को एक खबर आई थी, कुलविंदर सिंह ने बोला था कि भाई मेरी पत्नी मनिंदर कौर मेरे लड़के हरकीरत और लड़की दीपजोत को लेके घर से बिना बताए चली गई है। गुमशुदगी का पर्चा हो गया था सेक्शन 346 IPC का, तो उसके संबंध में हमने तफ्तीश करी तो 11 तारीख को कुछ सुराग नहीं लगा। 12 को सोशल मीडिया के थ्रू हमें पता चला कि एक 3 साल की 5 साल की बच्ची की अननोन जो है डेड बॉडी श्री हरिमंदर साहिब में मिली है। तो उसको जो लड़की का फादर है उसने आइडेंटिफाई किया कि मेरी लड़की है, तो वो आए, फिर हम भी आए, हमने अमृतसर पुलिस से कोऑर्डिनेट किया। उन्होंने बताया कि भाई ये ऐसे ऐसे है, यहाँ से श्री हरिमंदर साहिब से डेड बॉडी मिली है, तो उसकी जो है पोस्टमार्टम की कार्यवाही जो है यहाँ पे चल रही है अमृतसर पुलिस द्वारा, वो करवाने के लिए हम लोग आए। आगे जो कार्रवाई होगी वो हमारे थाना गांधीनगर जिला यमुनानगर में ही होगी। सर अभी लड़की का पोस्टमार्टम होगा, डेड बॉडी लेने के लिए नहीं, डेड बॉडी उनके वारसों को मिलेगी। हम जो पोस्टमार्टम की कार्रवाई के जो भी दस्तावेज हैं वो हमारे कब्जे। सर लड़की जो यमुनानगर की रहने वाली थी, यमुनानगर कुलदीप नगर थाना गांधीनगर पड़ता है जी। पिता का नाम क्या है? पिता का नाम है कुलविंदर सिंह। सर इनका कोई घरेलू झगड़ा चल रहा है? अभी तक ऐसा कुछ क्लियर नहीं आया, क्योंकि उन्होंने सिर्फ गुमशुदगी की दी थी कि मेरी पत्नी बिना पाए घर से। कितने बच्चे इनके? 2 लड़का लड़की थे, एक लड़का और एक लड़की। सर एक जो CCTV आई हरिमंदर साहिब, एक लगता कि वहां से इनको मारा गया। अभी देखते हैं उसमें सस्पेक्ट इसकी मदर ही लग रही है, जो लड़की की मदर है। CCTV फुटेज वगैरह देखेंगे, फिर आगे देखते हैं क्या रहता है। मैं बहुत परेशान हूं, बस मेरी बच्ची नु हो सकता है इंसाफ दवाओ, बस मेरी बच्ची ने इंसाफ दवाओ बस।